ਬਜ਼ਾਰ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਬਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ, ਆਪਣੇ ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰਕੇ ਉਹਨਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ। ਯਿਸੂ ਅਤੇ ਉਹਦੇ ਚੇਲਿਆਂ ਦੇ ਖਾਣ ਦੇ ਵੇਲੇ ਜਦ ਸ਼ੈਤਾਨ ਸ਼ਮਾਉਨ ਦੇ ਪੁੱਤਰ ਯਹੂਦਾ ਇਸਕਰੀਓਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੋ ਉਹ ਉਹਨੂੰ ਫੜਵਾ ਦੇਵੇ, ਤਦ ਯਿਸੂ ਇਹ ਜਾਣ ਕੇ ਭਈ ਪਿਤਾ ਨੇ ਸਭੋ ਕੁਝ ਮੇਰੇ ਹੱਥ ਵਿੱਚ ਸੌਂਪਿਆ ਹੈ ਅਤੇ ਮੈਂ ਪਰਮੇਸ਼ਰ ਦੇ ਕੋਲੋਂ ਆਇਆ ਹਾਂ ਅਤੇ ਪਰਮੇਸ਼ਰ ਦੇ ਕੋਲ ਜਾਂਦਾ ਹਾਂ, ਖਾਣੇ ਤੋਂ ਉੱਠਿਆ ਅਰ ਆਪਣੇ ਵਸਤਰ ਲਾ ਛੱਡੇ ਅਰ ਪਰਨਾ ਲੈ ਕੇ ਆਪਣਾ ਲੱਕ ਬੰਨਿਆ। ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ। ਸੋ ਉਹ ਸ਼ਮਾਉਨ ਪਤਰਸ ਕੋਲ ਆਇਆ। ਪ੍ਰਭੂ ਜੀ, ਤੂੰ ਮੇਰੇ ਪੈਰ ਧੋਨਾ ਹੈ? ਜੋ ਮੈਂ ਕਰਦਾ ਸੋ ਤੂੰ ਹੁਣ ਨਹੀਂ ਜਾਣਦਾ, ਪਰ ਇਹਦੇ ਪਿੱਛੋਂ ਸਮਝੇਗਾ। ਨਾ ਪ੍ਰਭੂ ਜੀ, ਤੈਂ ਮੇਰੇ ਪੈਰ ਕਦੇ ਨਾ ਧੋਣੇ। ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ। ਪ੍ਰਭੂ ਜੀ, ਮੇਰੇ ਪੈਰ ਹੀ ਨਹੀਂ ਸਗੋਂ ਤੈਂ ਮੇਰੇ ਹੱਥ ਵੀ ਤੇ ਸਿਰ ਵੀ ਧੋ। ਜਿਹੜਾ ਨਵਾਲਿਆ ਗਿਆ ਹੈ ਉਹਨੂੰ ਬਿਨਾਂ ਪੈਰ ਧੋਣ ਦੀ ਹੋਰ ਕੁਝ ਲੋੜ ਨਹੀਂ, ਸਗੋਂ ਸਾਰਾ ਸ਼ੁੱਧ ਹੈ। ਪਰ ਤੁਸੀਂ ਸ਼ੁੱਧ ਹੋ। ਪਰ ਸਭੋ ਨਹੀਂ, ਉਹ ਤਾਂ ਆਪਣੇ ਫੜਵਾਉਣ ਵਾਲਿਆਂ ਨੂੰ ਜਾਣਦਾ ਸੀ, ਇਸੇ ਕਰਕੇ ਉਸਨੇ ਆਖਿਆ ਭਈ ਤੁਸੀਂ ਸਭੋ ਸ਼ੁੱਧ ਨਹੀਂ ਹੋ। ਉਪਰੰਤ ਜਾਂ ਉਹਨਾਂ ਦੇ ਪੈਰ ਤੋਂ ਹਟਿਆ ਅਤੇ ਆਪਣੇ ਬਸਤਰ ਲੈ ਲਏ ਤਾਂ ਫਿਰ ਬੈਠ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਮਝਦੇ ਹੋ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਰਕੇ ਬੁਲਾਉਂਦੇ ਹੋ ਔਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਵੀ ਇੱਕ ਦੂਜੇ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਮੈਂ ਤੁਹਾਨੂੰ ਸੱਚ ਸੱਚ ਆਖਦਾ, ਭਾਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ। ਜੇ ਤੁਸੀਂ ਇਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਹਨਾਂ ਨੂੰ ਕਰੋ ਵੀ।